ਅਕਾਲ ਤਖ਼ਤ ਦੀ ਮਰਿਆਦਾ ਜਿਹੜੀ ਇਸ ਵੇਲੇ ਜਿਹੜੀਆਂ ਨਿਤਨੇਮ ਦੀਆਂ ਤੇ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਉਹਦੇ ਉਲਟ ਸਟੈਂਡ ਲੈਂਦੇ ਆ ਤੇ ਪੰਜਾਬ ਦੇ ਸਾਰੇ ਮਿਸ਼ਰੀ ਕਾਲਜ ਜਿਹੜੇ ਆ ਉਹ ਟਕਸਾਲਾਂ ਦੇ ਡੇਰਿਆਂ ਦੇ ਇਨ੍ਹਾਂ ਦੇ ਨਾਲ ਜਾ ਕੇ ਖੜੇ ਹੋ ਜਾਣੇ ਆ ਕਿਉਂਕਿ ਪੰਜਾਬ ਚ ਸਾਡੇ ਕੋਲ ਗਰਾਊਂਡ ਹੈ ਨਹੀਂ ਲੜਨੀ ਨੂੰ। ਜੀ 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 ਤੇ ਜੇ ਅਸੀਂ ਲੜਾਈ ਆਪਣੀ ਅਕਾਲ ਤਖ਼ਤ ਦੀ ਮਰਿਆਦਾ ਤੋਂ ਸ਼ੁਰੂ ਕਰਦੇ ਹਾਂ ਚਾਹੇ 10 ਸਾਲ 20 ਸਾਲ ਲੜੀਏ ਤੇ ਪੰਜਾਬ ਵਿਚ ਆਧਾਰ ਬਣੇ। ਅਜੇ ਤਾਂ ਬਾਹਰਲੇ ਮੁਲਕਾਂ ਚ ਇਕ ਵੀ ਗੁਰਦੁਆਰਾ ਕੈਨੇਡਾ ਅਮਰੀਕਾ ਚ ਨਹੀਂ ਹੈਗਾ ਜਿਹੜਾ ਠੋਕ ਵਜਾ ਕੇ ਕਹੇ ਕਿ ਅਸੀਂ ਇਹ 10 ਗ੍ਰੰਥ ਨੂੰ ਨਹੀਂ ਮੰਨਦੇ, ਅਸੀਂ ਨਿਤਨੇਮ ਦੀਆਂ ਬਾਣੀਆਂ ਨੂੰ ਨਹੀਂ ਮੰਨਦੇ, ਇਕ ਵੀ ਸੰਸਥਾ ਨਹੀਂ ਹੋਣੀ ਜਿੱਥੇ ਜਾ ਕੇ ਸਾਡੇ ਵਿਦਵਾਨ ਇਕੱਠਾ ਕਰ ਲੈਣ। ਦੇ ਵਿਚ ਹਰਨੇਕ ਭਾਜੀ ਪਤਾ ਕੀ ਕਰਨਾ ਚਾਹੀਦਾ ਆ, ਇੱਕ ਆਪਾਂ ਹੁਣ ਆਪਸ ਚ ਭਰਾ ਮਨ, ਮੈਨੂੰ ਇੰਜ ਲੱਗਦਾ ਵੀ ਆਪਾਂ ਨੂੰ ਇਕਦਮ ਸਾਰਾ ਕੰਮ ਕਰਨ ਦੀ ਬਜਾਏ, ਕਿਉਂਕਿ ਨਿਤਨੇਮ ਦੀਆਂ ਬਾਣੀਆਂ ਦੇ ਨਾਲ ਲੋਕ ਜੁੜੇ ਹੋਏ ਨੇ, ਜਦਕਿ ਮੈਂ ਅੱਜ ਤੱਕ ਦੀ ਜਾਪ ਸਾਹਿਬ ਤੇ ਸਵਾਈਆਂ ਦੀ ਵਿਆਖਿਆ ਨਹੀਂ ਕੀਤੀ, ਮੇਰੀ ਤੁਹਾਨੂੰ ਕੋਈ ਵਿਆਖਿਆ ਵੀ ਨਹੀਂ ਮਿਲੇਗੀ। ਸਹਾਰਨਪੁਰ ਮੈਨੂੰ ਕਿਹਾ ਗਿਆ ਸੀ ਵੀ ਜਾਪ ਸਾਹਿਬ ਦੀ ਵਿਆਖਿਆ ਕਰਨੀ, ਮੈਂ ਕਿਹਾ ਵੀਰ ਜੀ ਜਪਜੀ ਸਾਹਿਬ ਦੀ ਕਰਾ ਲਓ, ਮੈਂ ਜਾਪ ਸਾਹਿਬ ਦੀ ਨਹੀਂ ਕਰਨੀ, ਉਦੋਂ ਮੁੱਦਾ ਵੀ ਨਹੀਂ ਸੀ, ਅੱਜ ਤੋਂ 6 ਸਾਲ ਪਹਿਲਾਂ। ਜਦੋਂ ਮੈਨੂੰ ਪੁੱਛਿਆ ਗਿਆ ਵੀ ਤੁਸੀਂ ਕਿਉਂ ਨਹੀਂ ਕਰਨੀ, ਮੈਂ ਕਿਹਾ ਵੀਰ ਜੀ ਇੱਕ ਪ੍ਰਚਾਰਕ ਹੋਣ ਦੇ ਨਾਤੇ ਨਾ ਕੁਛ ਸੰਕੇਤ ਅੱਗੋਂ ਦੇ ਆਉਣੇ ਸ਼ੁਰੂ ਹੋ ਜਾਂਦੇ ਵੀ ਆਉਣ ਵਾਲਾ ਮਾਹੌਲ ਕੀ ਹੋਵੇਗਾ। ਮੈਂ ਕਿਹਾ ਮੇਰੀ ਖੱਤ ਜੋੜ ਕੇ ਬੇਨਤੀ ਹੈ ਜਪਜੀ ਸਾਹਿਬ ਦੀ ਵਿਆਖਿਆ ਕਰਾ ਲਓ, ਜੀ ਸਦਕੇ ਕਰਾ ਲਓ, ਮੈਂ ਜਪ ਸਾਹਿਬ ਦੀ ਵਿਆਖਿਆ ਵੀ ਨਹੀਂ ਕਰਾਂਗਾ, ਹੈ ਨਾ। ਮੈਂ ਸਿਰਫ਼ ਇੱਕ ਬੇਨਤੀ ਕਰਨੀ ਚਾਹੁੰਦਾ ਵਾਂ, ਜੇ ਆਪਾਂ ਦਸਮ ਗ੍ਰੰਥ ਦੇ ਪ੍ਰਕਾਸ਼ ਗੁਰਦੁਆਰਿਆਂ ਚੋਂ ਹਟਾ ਲਈਏ, ਫਿਰ ਨਿਤਨੇਮ ਦੀਆਂ ਬਾਣੀਆਂ ਤੋਂ ਆਪਾਂ ਕਰੀਏ ਤੇ ਮੇਰੇ ਖਿਆਲ ਦੇ ਵਿੱਚ ਆਪਾਂ ਸਕਸੈਸ ਹੋ ਸਕਦੇ ਹਾਂ।